Siete salta si cal? Sa si cal di per cosa chi ali? Boh, vedi di. Coordinato. Boh, ti chi kripa vai guru di. Sab to pehla ta Mission Punjab channel dekh rahe sare hi darshakan nu pyar bhari sat sri akal. Sidhu saab, ajj tuhanu kasht ikh karke ditta ke Hindustan da annadata jinna apniyan na jethar diyan dhuppan vekhiyan te na ohdiyan thandan vekhiyan te desh da pet bharan layi din raat mehnat kiti ajj oh kendar sarkar diyan maadiyan neetiyan karan sadkan te aa te jithe oh dukhi aa utthe jehda vi ਵੀਰ ਭਰਾ ਚਾਹੇ ਉਹ ਦੇਸ਼ ਦੇ ਵਿੱਚ ਆ ਚਾਹੇ ਵਿਦੇਸ਼ ਦੇ ਵਿੱਚ ਆ ਉਹਨਾਂ ਦੇ ਹਿਰਦੇ ਵਲੁੰਦਰੇ ਗਏ ਆ ਵੀ ਇਸ ਅੰਨਦਾਤੇ ਨੂੰ ਇਸ ਕੜਾਕੇ ਦੀ ਸਰਦੀ ਦੇ ਵਿੱਚ ਸੜਕਾਂ ਤੇ ਕਿਉਂ ਰੋਲਿਆ ਜਾ ਰਿਹਾ ਤੇ ਮੈਂ ਤੁਹਾਨੂੰ ਅੱਜ ਇਹੀ ਪੁੱਛਣਾ ਕਿ ਇਹ ਸਰਕਾਰ ਕੇਂਦਰ ਦੀ ਚਾਹੁੰਦੀ ਕੀ ਆ ਤੇ ਇਹਦਾ ਅਸਲੀ ਕਾਰਨ ਕੀ ਆ ਪ੍ਰਭਾ ਸਾਹਿਬ ਮੇਰੇ ਹਿਸਾਬ ਨਾਲ ਮਤਲਬ ਨਿਕਲ ਗਿਆ ਤੋਂ ਪਹਿਚਾਣ ਤੇ ਨਹੀਂ ਇਹ ਅੰਨਦਾਤਾ ਜਿਹੜਾ ਤੁਸੀਂ ਤਿੰਨ ਵਾਰੀ ਸ਼ਬਦ ਵਰਤਿਆ ਨਾ ਜਨਾਬ ਇਹ ਸਰਕਾਰਾਂ ਦਾ ਦਿੱਤਾ ਹੋਇਆ ਜਦੋਂ ਤੇ ਉਹਨਾਂ ਨੂੰ ਅਨਾਜ ਦੀ ਲੋੜ ਸੀ ਭਾਂਡੇ ਖਾਲੀ ਸੀ ਕਣਕ ਬਾਹਰੋਂ ਮੰਗਾਉਂਦੇ ਸੀ ਉਦੋਂ ਚੇਤਾ ਆਇਆ ਉਹਨਾਂ ਨੂੰ ਵੀ ਇਹ ਪਰਪਸ ਕੌਣ ਸੋਲਵ ਕਰ ਸਕਦਾ ਤੇ ਤਦ ਉਹਨਾਂ ਨੂੰ ਪੰਜਾਬ ਹਰਿਆਣਾ ਦਿਖਿਆ ਜਦੋਂ ਹੁਣ ਆਪਾਂ ਪੰਜਾਬ ਬੋਲੀਏ ਤੇ ਹਰਿਆਣਾ ਵੀ ਵਿੱਚ ਹੀ ਆ ਯੂਪੀ ਦੇ ਉਹ ਪਾਰਟ ਜਿਹੜੇ ਜਰਖੇਜ ਨੇ ਉਹ ਵੀ ਵਿੱਚ ਹੀ ਨੇ ਜੀ ਇਨਕਲੂਡਿੰਗ ਦਿੱਲੀ ਆਲਸੋ ਬਹੁਤ ਸਾਰਾ ਰਾਜਸਥਾਨ ਦਾ ਵੀ ਹਿੱਸਾ ਉਦੋਂ ਪੰਜਾਬ ਨੂੰ ਔਰ ਇਸ ਸਾਰੇ ਏਰੀਏ ਨੂੰ ਬੱਲੇ ਛਾਵਾ ਕੀਤੀ ਗਈ ਉਹਨਾਂ ਨੂੰ ਤਾੜ ਦੇ ਪੇੜ ਤੇ ਚੜਾਉਣਾ ਸਮਝੋ ਉਹਨਾਂ ਨੂੰ ਬੱਲੇ ਛਾਵਾ ਕਰਕੇ ਤੇ ਉਹਨਾਂ ਨੂੰ ਅੰਨੀਆਂ ਖਾਦਾਂ ਦੀ ਵਰਤੋਂ ਅੰਨੀਆਂ ਦਵਾਈਆਂ ਦੀ ਵਰਤੋਂ ਕਰਾ ਕੇ ਤੇ ਉਹਨਾਂ ਨੂੰ ਇੱਕ ਸਿਸਟਮ ਦਿੱਤਾ ਗਿਆ ਮੰਡੀਕਰਨ ਦਾ ਸਰਕਾਰ ਪਹਿਲਾਂ ਨਿਰਧਾਰਿਤ ਕਰ ਦਿੰਦੀ ਸੀ ਵੀ ਸਾਡੇ ਗਰਾਊਂਡ ਖਾਲੀ ਨੇ ਜੇ ਤੁਸੀਂ ਐਰ ਕੀ ਕਣਕ ਬੀਜੋਗੇ ਤੇ ਇਹ ਰੇਟ ਮਿਲ ਗਿਆ ਮੈਨੂੰ ਮਿਨੀਮਮ ਸਪੋਰਟ ਪ੍ਰਾਈਸ ਕਿਹਾ ਗਿਆ ਜੇ ਝੋਨਾ ਬੀਜੋਗੇ ਆਹ ਵਰਾਇਟੀ ਤੇ ਆਹ ਜੇ ਦਾਲਾਂ ਬੀਜੋਗੇ ਆ ਤੇ ਉਹਦੇ ਤੋਂ ਬਾਅਦ ਹੁਣ ਸਰਕਾਰ ਦੀ ਮੰਸ਼ਾ ਜਿਹੜੀ ਆ ਉਹ ਸਪਸ਼ਟ ਹੈ ਜੀ ਉਹਨਾਂ ਨੂੰ ਅਨਾਜ ਚਾਹੀਦਾ ਨਹੀਂ ਤੇ ਉਹਨਾਂ ਦੇ ਦਿਲ 'ਚ ਆ ਗਈ ਬੇਈਮਾਨੀ ਪਰ ਸਿੱਧੂ ਸਾਹਿਬ ਇਹ ਗੱਲ ਤੁਹਾਡੀ ਸਹੀ ਆ ਹਰੀ ਕ੍ਰਾਂਤੀ ਦਾ ਨਾਰਾ ਦੇ ਕੇ ਤੇ ਇਹ ਪੰਜਾਬ ਹਰਿਆਣਾ ਯੂਪੀ ਦੇ ਜਰਖੇਜ ਇਲਾਕੇ ਜਾਂ ਰਾਜਸਥਾਨ ਦੇ ਇਹ ਸਾਰੀਆਂ ਜਿਹੜੀਆਂ ਧਰਤੀਆਂ ਸੀ ਪੰਜਾਬ ਦਾ ਤੇ ਪਾਣੀ ਤਾਂ ਖਤਮ ਹੋ ਗਿਆ ਪਾਣੀ ਹੁਣ ਪੰਜਾਬ ਕੋਲ ਗੰਧਲਾ ਵਾ ਆਪਾਂ ਜੇ ਮਾਲਵਾ ਬੈਲਟ ਇਸ ਟਾਈਮ ਜਿਹੜਾ ਹੈਗਾ ਉਹਦੀ ਜੇ ਹਾਲਾਤ ਵੇਖੀਏ ਤੇ ਉਹ ਇੱਕ ਗੱਡੀ ਜਾਂਦੀ ਆ ਜਿਹੜੀ ਰਾਜਸਥਾਨ ਨੂੰ ਤਾਂ ਉਹਨੂੰ ਕੈਂਸਲ ਟ੍ਰੇਨ ਦਾ ਨਾਂ ਜਾਂਦਾ ਇਹ ਸਾਰਾ ਕੁਛ ਖੇਤੀ ਦੇ ਵਿੱਚੋਂ ਇਹ ਜਿਹੜੀਆਂ ਜਿਨਸਾਂ ਉਪਜਾਈਆਂ ਨਾ ਕਿਸਾਨਾਂ ਨੇ ਉਹ ਸਾਰਾ ਕੁਛ ਉਹਦਾ ਨਤੀਜਾ ਅੱਜ ਜੇ ਇਹ ਸਰਕਾਰ ਨੂੰ ਇਹ ਗੱਲ ਦੀ ਸ਼ਾਇਦ ਸਮਝ ਨਹੀਂ ਆ ਕਿ ਅੱਜ ਜੇ ਭਿਆਂਕਰ ਬਿਮਾਰੀਆਂ ਵੀ ਸੇੜ ਲਈਆਂ ਕਿਸਾਨ ਨੇ ਸਿਰਫ ਇਹ ਕਰਕੇ ਕਿ ਮੇਰੇ ਹਿੰਦੁਸਤਾਨ ਦੇ ਲੋਕਾਂ ਦਾ ਪੇਟ ਭਰਦਾ ਰਹੇ ਪਰ ਸਰਕਾਰ ਮੈਂ ਸਮਝਦਾ ਕਿ ਇਹਨਾਂ ਨੂੰ ਤੇ ਸਾਰੀ ਉਮਰ ਜਿਹੜੀ ਵੀ ਸਰਕਾਰ ਆਵੇ ਉਹ ਤੇ ਕਿਸਾਨਾਂ ਦਾ ਦੇਣ ਦੇ ਹੀ ਨਹੀਂ ਸਕਦੀ ਕਿਉਂਕਿ ਇੰਨੀ ਵੱਡੀ ਆਬਾਦੀ 135 ਕਰੋੜ ਲੋਕ ਉਹਨਾਂ ਦਾ ਪੇਟ ਜੇ ਪਾਲਿਆ ਤੇ ਕਿਹਨੇ ਪਾਲਿਆ ਕਿਸਾਨਾਂ ਨੇ ਪਾਲਿਆ ਇਹ ਉਹਨਾਂ ਦਾ ਆਸਾਨ ਉਤਾਰਨ ਦੀ ਬਜਾਏ ਉਹਨਾਂ ਦਾ ਧੰਨਵਾਦ ਕਰਨ ਦੀ ਬਜਾਏ ਉਹਨਾਂ ਨੂੰ ਸੜਕਾਂ ਤੇ ਰੋਲ ਲਈ ਉਹਨਾਂ ਦੇ ਪਾਣੀ ਦੀਆਂ ਵਿਛਾੜਾਂ ਮਾਰ ਰਹੇ ਉਹਨਾਂ ਤੇ ਡਾਂਗਾਂ ਭਰਾ ਰਹੇ ਕਾਹਦੀ ਖਾਤਰ ਉਹਨਾਂ ਦੇ ਜਾਇਜ਼ ਹੱਕਾਂ ਦੇ ਉੱਤੇ ਇੱਕ ਡਾਕਾ ਮਾਰਿਆ ਉਹਨਾਂ ਨੂੰ ਨਿਹੱਥੇ ਕਰਨ ਦੇ ਆ ਜ਼ਮੀਨ ਖੁਣੋ ਉਹਨਾਂ ਦੇ ਆਉਣ ਵਾਲੀ ਪੁਸ਼ਤਾਂ ਦਾ ਭੁੱਖ ਫਨਾ ਕਰ ਰਹੇ ਆ ਤੇ ਉਲਟਾ ਉਹਨਾਂ ਨੂੰ ਕੁੱਟ ਰਹੇ ਕੀ ਖਿਆਲ ਤੁਹਾਡਾ ਇਹ ਤੇ ਜੀ ਤੁਸੀਂ ਇੱਕ ਕਿਸਾਨ ਹੋ ਕਿਸਾਨੀ ਨਾਲ ਜੁੜੇ ਹੋ ਬਿਲਕੁਲ ਜੀ ਬਿਲਕੁਲ ਤੁਹਾਡਾ ਭਾਈਚਾਰਾ ਕਿਸਾਨੀ ਹੈ ਕਿਰਤੀ ਹੈ ਤੁਸੀਂ ਉਹਨਾਂ ਨੂੰ ਸਵੇਰ ਤੋਂ ਸ਼ਾਮ ਤੱਕ ਉਹਨਾਂ ਨਾਲ ਵਿਚਰਦੇ ਹੋ ਇਹ ਤੁਹਾਡੀ ਸੋਚ ਹੈ ਨਾ ਜੀ ਪਰ ਇਹ ਉਹਨਾਂ ਦੀ ਸੋਚ ਨਹੀਂ ਹੋ ਸਕਦੀ ਜਿਹੜੇ ਗੁਜਰਾਤੀ ਸੱਜਣ ਗੱਦੀਆਂ ਤੇ ਬੈਠੇ ਨੇ ਜਿਹੜਾ ਵਪਾਰੀ ਹੈ ਉਹ ਸ਼ਾਮ ਨੂੰ ਆਪਣੀ ਬੈਲੈਂਸ ਸ਼ੀਟ ਜਿਹੜੀ ਉਹ ਕੈਸ਼ ਬੁੱਕ ਹੈ ਉਹਦਾ ਸੱਜਾ ਤੇ ਖੱਬਾ ਪਾਸਾ ਮੈਚ ਕਰਕੇ ਚੱਲਦਾ ਉਹਨਾਂ ਦੇ ਰੋਜ਼ ਦਾ ਵੇਖਣਾ ਵੀ ਸਾਨੂੰ ਕੀ ਚਾਹੀਦਾ ਜੀ ਕਿਸਾਨ ਨੇ 6 ਮਹੀਨੇ ਫਸਲ ਦਾ ਹਿਸਾਬ ਕਰਨਾ ਅੱਜ ਦੀ ਡੇਟ 'ਚ ਉਹਨਾਂ ਨੂੰ ਇਹ ਆ ਵੀ ਇਹ ਦੱਸੋ ਕਿ ਕਿਸਾਨ ਕਿੰਨਾ ਫੰਡ ਦਿੰਦੇ ਆ ਫੰਡ ਤੇ ਉਹਨਾਂ ਨੂੰ ਕੰਪਨੀਆਂ ਦਿੰਦੀਆਂ ਉਹ ਜਿਹੜੇ ਡਫਲੀ ਵਜਾਉਂਦੇ ਨੇ ਦੇਖੋ ਮਦਾਰੀ ਉਹ ਮਦਾਰੀ ਨੇ ਤੇ ਫਿਰ ਤੁਸੀਂ ਦੱਸੋ ਵੀ ਤਮਾਸ਼ਾ ਮਦਾਰੀ ਦੇ ਡਫਲੀ ਵਜਾਇਆ ਰਿਛ ਬਾਂਦਰ ਦਿਖਾਉਂਦੇ ਹਨ ਨਾ ਕਿ ਕਿਸਾਨ ਕੀ ਫੰਡ ਦਿੰਦਾ ਜੀ ਕਿਸਾਨ ਕੁਝ ਵੋਟਾਂ ਦਿੰਦਾ ਤੁਹਾਡੀਆਂ 13 ਸੀਟਾਂ ਵਾ ਪੰਜਾਬ ਦੀਆਂ ਕੌਣ ਪੁੱਛਦਾ ਜੀ ਤਾਂਹੀਓ ਕਰਕੇ ਇਹ ਹਾਲਾਤ ਜਿਹੜੇ ਅੱਜ ਪੋਜੀਸ਼ਨ ਬਣ ਗਈ ਇਹ ਬਣਾ ਦਿੱਤੀ ਗਈ ਹੈ ਇਹ ਪਹਿਲਾਂ ਮੈਨੇਜੇਬਲ ਸਨ ਜਦੋਂ ਉਹਨਾਂ ਨੇ ਇਹ ਲੋਕਡਾਊਨ 'ਚ ਪਹਿਲੀ ਗੱਲ ਲਾ ਲਿਆਉਣ ਦੀ ਕੋਈ ਲੋੜ ਸੀ ਜੇ ਲਿਆਂਦੇ ਫਿਰ ਕਿਸਾਨਾਂ ਕੋਲੋਂ ਜਿਸ ਤਰ੍ਹਾਂ ਟ੍ਰੇਨਾਂ ਦੀਆਂ ਪੱਟੀਆਂ ਖਾਲੀ ਕਰਾਈਆਂ ਗਈਆਂ ਉਹ ਤੇ ਕੱਛਾਂ ਵਜਾਉਂਦੇ ਸੀ ਜੀ ਉਹ ਹਰ ਆਪਣੇ ਇਸ ਸਟੈਪ ਨੂੰ ਜਿੱਤ ਮਹਿਸੂਸ ਕਰਦੇ ਸੀ ਉਹਨਾਂ ਕਦੀ ਕਿਆਸਿਆ ਹੀ ਨਹੀਂ ਸੀ ਕਿ ਇਹ ਜਿਹੜਾ ਸੰਘਰਸ਼ ਹੈ ਇੱਥੋਂ ਤੱਕ ਪਹੁੰਚੇਗਾ ਜੀ ਉਹਨਾਂ ਨੇ ਕਦੀ ਸੰਘਰਸ਼ ਵੇਖੇ ਨਹੀਂ ਸੀ ਅਤੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੇ ਪੰਜਾਬੀ ਆ ਇਹਦੇ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮ ਆ ਉਹ ਵੇਖੋ ਹੁਣ ਇਹ ਗੱਲ ਜਿਹੜੀ ਹੈ ਬੜੀ ਸੈਂਸਿਟਿਵ ਮੋੜ 'ਤੇ ਹੈ ਅੱਜ ਦੇਖੋ ਜੀ ਕਿੱਧਰ ਪੱਲਾ ਚੁੱਕਦਾ ਹੈ ਬਿਲਕੁਲ ਸਹੀ ਗੱਲ ਸਿੱਧੂ ਸਾਹਿਬ ਦੂਜੀ ਗੱਲ ਇਹ ਆ ਕਿ ਕਿਸਾਨ ਨੂੰ ਇਹ ਮਾਰ ਕੇ ਅਤੇ ਚੰਦ ਘਰਾਣਿਆਂ ਨੂੰ ਉਹਨਾਂ ਨੂੰ ਬੈਨੀਫਿਟ ਦੇਣ ਲਈ ਲੱਖਾਂ ਨਹੀਂ ਮੈਂ ਕਹਿੰਦਾ ਕਰੋੜਾਂ 'ਚ ਜੇ ਆਪਾਂ ਯੂਪੀ ਨੂੰ ਰਾਜਸਥਾਨ ਨੂੰ ਮੱਧ ਪ੍ਰਦੇਸ਼ ਨੂੰ ਸਾਰੇ ਕਿਸਾਨਾਂ ਲਈ ਕਰੋੜਾਂ ਕਿਸਾਨਾਂ ਨੂੰ ਉਹਨਾਂ ਦੇ ਚੁੱਲ੍ਹਿਆਂ ਨੂੰ ਅੱਗ ਬੁਝਾ ਕੇ ਅਤੇ ਚੰਦ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਵਾਲਾ ਇਹ ਕੰਮ ਕਰ ਰਹੇ ਨੇ ਲੇਕਿਨ ਗੱਲ ਤਾਂ ਫਿਰ ਉਹ ਅਹਿਸਾਨ ਫਰਾਮੋਸ਼ੀ ਦੀ ਆ ਨਾ ਅੱਜ ਤੱਕ ਦੇਸ਼ ਆਜ਼ਾਦ ਹੋਇਆ ਇੰਨਾ ਮਾੜੀ ਸਰਕਾਰ ਦਾ ਵਤੀਰਾ ਕਿਸੇ ਦਾ ਨਹੀਂ ਬਾਕੀ ਤੁਸੀਂ ਗੱਲ ਹਾਂ ਬੜੀ ਵੱਡੀ ਕਹੀ ਆ ਕਿ ਇਹਨਾਂ ਨੂੰ ਖੁਦ ਨਹੀਂ ਕਿਆਸ ਇਹਨਾਂ ਨੂੰ ਇਹ ਲੱਗਦਾ ਸੀ ਕਿ ਕਿਸਾਨ ਇਹ ਜਿੱਦਾਂ ਅਸੀਂ ਜੰਮੂ ਕਸ਼ਮੀਰ 'ਚ 370 ਧਾਰਾ ਲਾਈ ਲੇਕਿਨ ਇੱਥੇ ਫਰਕ ਹੈ ਸਿੱਧੂ ਸਾਹਿਬ
ਇਹ ਹਰੇਕ ਚੀਜ਼ ਨੂੰ ਧਰਮ ਦੇ ਨਾਲ ਜੋੜ ਕੇ ਕਰਦੇ ਆ। ਇੱਥੇ ਵੀ ਕੋਸ਼ਿਸ਼ ਕੀਤੀ ਇਹਨਾਂ ਨੇ ਕਿ ਪੰਜਾਬ ਦਾ ਮੁੱਦਾ ਜੀ, ਇਹ ਪੰਜਾਬ ਸਿੱਖਾਂ ਦਾ ਮੁੱਦਾ ਜੀ, ਇਹ ਖਾਲਿਸਤਾਨੀਆਂ ਦਾ ਮੁੱਦਾ, ਪਰ ਮੈਂ ਸਲੂਟ ਕਰਨਾ ਚਾਹੁੰਦਾ ਅੱਜ ਸਿੱਧੂ ਸਾਹਿਬ ਆਪਾਂ ਨੂੰ ਬਣਦਾ ਵਾ, ਸਮੁੱਚੀਆਂ ਜਥੇਬੰਦੀਆਂ ਨੂੰ ਸਲੂਟ ਕਰਨਾ ਬਣਦਾ ਅੱਜ ਆਪਾਂ ਨੂੰ, ਉਹ ਕੱਲੀ ਕੱਲੀ ਉਸ ਮਾਂ ਨੂੰ, ਉਸ ਭੈਣ ਨੂੰ, ਉਸ ਨੌਜਵਾਨ ਛੋਟੇ ਵੀਰ ਨੂੰ, ਉਸ ਬਜ਼ੁਰਗ ਨੂੰ ਜਿਨ੍ਹਾਂ ਨੇ ਇਹਨਾਂ ਦੀਆਂ ਚਾਲਾਂ ਤੋਂ ਉੱਪਰ ਉੱਠ ਕੇ ਅੱਜ ਉਸ ਸੰਘਰਸ਼ ਨੂੰ ਕਾਮਯਾਬ ਬਣਾਇਆ। ਅਤੇ ਅੱਜ ਆਪਾਂ ਮੇਰੇ ਖਿਆਲ ਨਾਲ ਬਾਹਰਲੀਆਂ ਜਿਹੜੀਆਂ ਸੂਬਿਆਂ ਤੋਂ, ਜਿੱਦਾਂ ਹਰਿਆਣੇ ਤੋਂ ਪਤਾ ਲੱਗਾ ਵੀ ਉਹ ਜਿਹੜਾ ਤੁਸੀਂ ਸਵੇਰੇ ਦੱਸ ਰਹੇ ਹੋ, ਇੱਕ ਸੱਜਣ ਦਾ ਫੋਨ ਆਇਆ ਵੀ ਕੋਈ ਬਦਾਮ ਦੇਈ ਜਾ ਰਿਹਾ, ਕੋਈ ਜਰਾਬਾਂ ਦੇਈ ਜਾ ਰਿਹਾ, ਕੋਈ ਕੰਬਲ ਦੇਈ ਜਾ ਰਿਹਾ, ਇੱਦਾਂ ਵਿਦੇਸ਼ਾਂ ਤੋਂ ਮਦਦ ਆ ਰਹੀ ਆ। ਇਹ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਜੇ ਇੰਨੀ ਦੁਨੀਆ ਜਿਹੜੀ ਆ ਉਹ ਕਿਸਾਨ ਅੰਦੋਲਨ ਸੰਘਰਸ਼ ਨੂੰ ਜੇ ਸਪੋਰਟ ਦੇ ਰਹੀ ਆ ਤਾਂ ਉਹ ਬਿਲਕੁਲ ਸਹੀ ਆ, ਤਾਂ ਹੀ ਆ, ਨਹੀਂ ਤਾਂ ਗਲਤ ਮੈਂ ਮੰਨ ਕਦੀ ਸਪੋਰਟ ਮਿਲੀ ਹੈ। ਬਿਲਕੁਲ ਬਿਲਕੁਲ ਜੀ, ਬੇਸਿਕਲੀ ਸਰਕਾਰ ਅਜੇ ਵੀ ਇਹਨੂੰ ਤਾਰੋ ਪੀਡੋ ਕਰਨ ਦੀ ਕੋਸ਼ਿਸ਼ ਕਰਨ ਲਈ ਹੈ ਜੀ। ਉਹ ਉਹਨਾਂ ਸਾਰਾ ਕੁਛ ਕਰਕੇ ਦੇਖ ਲਿਆ, ਪਹਿਲਾਂ ਉਹਨਾਂ ਨੂੰ ਸਮਝ ਨਹੀਂ ਆਈ, ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਜੀ ਬੇਸਿਕਲੀ। ਕਦੀ ਤੇ ਕਹਿੰਦੇ ਨੇ ਕਿ ਉਹ ਜਿਹੜੇ ਆਏ ਸੰਘਰਸ਼ ਕਰ ਰਹੇ ਨੇ ਉਹ ਖਾਲਿਸਤਾਨੀ ਨੇ, ਫਿਰ ਕਹਿੰਦੇ ਨਹੀਂ ਇਹ ਕਾਂਗਰਸ ਦੇ ਭੇਜੇ ਨੇ, ਦੋ ਕੌਂਟਰਡਿਕਟਰ ਹੈ ਬੇਸਿਕਲੀ। ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਕਹੀਏ ਕੀ, ਪਰ ਇਹ ਸੋਚਣ ਵਾਲੀ ਗੱਲ ਹੈ ਕਿ ਸੰਘਰਸ਼ ਜਿਹੜੇ ਮੋੜ ਤੇ ਇਹ ਕਿੱਧਰ ਨੂੰ ਜਾਏਗਾ। ਸ਼ਾਬਾਸ਼ ਵਾਕਿਆ ਹੀ ਉਹਨਾਂ ਕਿਸਾਨ ਜਥੇਬੰਦੀਆਂ ਦੇ ਜੀ, ਉਹ ਆਪਾਂ ਉਹ ਕਹਾਣੀ ਸੁਣਦੇ ਹੁੰਦੇ ਹਾਂ ਨਿੱਕੇ ਹੁੰਦੇ ਆ ਬਈ, ਉਹ ਹੋਇਆ ਇਹ ਸੀ ਵੀ ਇੱਕ ਬਰਾਤ ਗਈ, ਉਹਨਾਂ ਕਿਹਾ ਵੀ ਕਿਸੇ ਬਜ਼ੁਰਗ ਨੂੰ ਨਹੀਂ ਲੈ ਕੇ ਆਉਣਾ, ਕਹਿੰਦੇ ਦੇਰ ਮਸਟ ਬੀ ਸਮ ਰੀਜ਼ਨ ਕਿ ਬਜ਼ੁਰਗ ਨੂੰ ਨਹੀਂ ਲੈ ਕੇ ਆਉਣਾ। ਉਹ ਉਹਨਾਂ ਨੇ ਇੱਕ ਬਜ਼ੁਰਗ ਜਿਹੜੇ ਉਹਨਾਂ ਦੇ ਘਰ ਦੇ ਸਨ, ਉਹਨਾਂ ਨੂੰ ਲੱਕੜ ਦੇ ਸੰਦੂਕ 'ਚ ਪਾ ਕੇ ਲੈ ਗਏ, ਅਤੇ ਉਹ ਬੱਕਰਿਆਂ ਵਾਲੀ ਗੱਲ ਤੁਸੀਂ ਸੁਣੀ, ਉਹਨਾਂ ਨੇ ਕਾੜੀਓ ਕਿਹਾ ਵੀ ਕੁੜੀ ਤਾਂ ਵਿਆਹ ਕੇ ਭੇਜਣੀ ਆ, ਨਹੀਂ ਤਾਂ ਬਰਾਤ ਖਾਲੀ ਜਾਊ, ਵੀ ਜੇ 100 ਜਾਣੇ ਤੁਸੀਂ ਆਏ ਹੋ ਤਾਂ 100 ਬੱਕਰਾ ਖਾਣਾ। ਅਤੇ ਉਹ ਫਿਰ ਫਸ ਗਿਆ ਕੰਮ ਜੀ, ਉਹ ਬਜ਼ੁਰਗ ਕੋ ਗਏ, ਪਰਦੇ ਨਾਲ ਖੋਲ੍ਹਿਆ ਦਰਵਾਜ਼ਾ, ਤਾਂ ਬਜ਼ੁਰਗ ਕਹਿੰਦੇ ਵੀ ਉਹਨਾਂ ਨੂੰ ਕਹੋ ਵੀ ਇੱਕ ਇੱਕ ਬੱਕਰਾ ਵੱਢਣ ਅਤੇ ਉਹਦੀ ਸਬਜ਼ੀ ਬਣਾਉਣ ਅਤੇ ਲਈ ਆਉਣ, ਅਤੇ ਉਹ ਜੀ ਉਹ ਉਹਨਾਂ ਨੇ ਪਰਖਣਾ ਸੀ। ਉਹਨਾਂ ਕਿਹਾ ਵੀ ਨਹੀਂ ਇਹ ਤੁਹਾਡੀ ਸਿਆਣਪ ਨਹੀਂ, ਤੁਹਾਡੇ 'ਚ ਕੋਈ ਬਜ਼ੁਰਗ ਨੇ। ਅਤੇ ਮੈਂ ਇਹ ਕਹਿੰਦਾ ਵੀ ਜਿੰਨਾ ਵਧੀਆ ਇਹ ਕੰਬੀਨੇਸ਼ਨ ਸੰਘਰਸ਼ ਦਾ ਬਣਿਆ ਹੈ, ਜੋਸ਼ ਜਵਾਨਾਂ ਦਾ ਅਤੇ ਜਿਹੜੀ ਸਿਆਣਪ ਹੈ ਉਹ ਬਜ਼ੁਰਗਾਂ ਦੀ, ਇਹ ਵਾਹਿਗੁਰੂ ਕਰੇ ਕਿ ਤੁਹਾਨੂੰ ਪਤਨ ਲੱਗ ਜਾਏ ਜੀ। ਬਿਲਕੁਲ ਬਿਲਕੁਲ ਸਿੱਧੂ ਸਾਹਿਬ, ਇਹ ਅੱਜ ਕਿਸਾਨ ਭਰਾਓ ਤੁਹਾਡੇ ਸੰਘਰਸ਼ ਨੂੰ ਸਮੁੱਚਾ ਹਿੰਦੁਸਤਾਨ ਨਹੀਂ ਸਮੁੱਚਾ ਸੰਸਾਰ ਵੇਖ ਰਿਹਾ, ਅਤੇ ਸਾਡੀ ਤਾਂ ਇਹੀ ਅਪੀਲ ਆ ਕਿ ਇਸੇ ਤਰ੍ਹਾਂ ਸਹਿਜ ਨਾਲ, ਠਰੰਮੇ ਨਾਲ, ਅਤੇ ਆਪਾਂ ਜੋ ਤੁਸੀਂ ਸੂਝ ਵਰਤਦੇ ਰਹੇ, ਇਸ ਸੂਝਬੂਝ ਨਾਲ ਇੱਕਮੁੱਠ ਹੋ ਕੇ, ਇੱਕਜੁੱਟ ਹੋ ਕੇ ਰਿਹੋ, ਸੰਘਰਸ਼ ਦੀ ਜਿੱਤ ਤੁਹਾਨੂੰ ਯਕੀਨੀ ਹੋਏਗੀ। ਅਤੇ ਮੈਨੂੰ ਲੱਗਦਾ ਵੀ ਸਿੱਧੂ ਸਾਹਿਬ ਅੱਜ ਸਾਰੀਆਂ ਜਥੇਬੰਦੀਆਂ ਦੇ ਜਿਹੜੇ ਮੋਹਤਬਾਰ ਆਗੂ ਸਾਹਿਬਾਨ ਨੇ, ਉਹਨਾਂ ਨੇ ਆਪੇ ਨੂੰ ਤਿਆਗਿਆ ਹੋਇਆ ਵਾ, ਅਤੇ ਵਾਹਿਗੁਰੂ ਕਿਰਪਾ ਕਰੇ ਗੱਲ ਸਿਰੇ ਚਾੜੀ ਜਾਊ। ਦੇਖੋ ਜੀ, ਜਦੋਂ ਚੰਗਾ ਸਮਾਂ ਆਉਣਾ ਹੋਏ ਤਾਂ ਸਾਰੇ ਨਕਸ਼ੱਤਰ ਕਹਿੰਦੇ ਉੱਦਾਂ ਹੋ ਜਾਂਦੇ ਆ, ਅਤੇ ਚੰਗੇ ਦੀ ਹੀ ਆਸ ਕਰਨੀ ਚਾਹੀਦੀ ਆ। ਬਟ ਆਪਾਂ ਫਿਕਰਮੰਦ ਹਾਂ, ਕਈ ਆਪਣੇ ਰਿਸ਼ਤੇਦਾਰ, ਕਈ ਸੱਜਣ ਮਿੱਤਰ, ਕਈ ਪਰਮ ਮਿੱਤਰ, ਅਤੇ ਸਾਰੇ ਹੀ ਪੰਜਾਬ, ਸਾਰੇ ਹੀ ਆਪਣੇ ਪੰਜਾਬੀ, ਸਾਰੇ ਹੀ ਆਪਣੇ ਹਰਿਆਣੇ ਵਾਲੇ, ਸਾਰੇ ਆਪਣੇ ਇੰਡੀਅਨ ਰਾਤ ਨੂੰ ਠੰਡਾ ਨੂੰ ਸੰਘਰਸ਼ ਕਰ ਰਹੇ ਆ ਜੀ। ਆਪ ਰਜਾਈ ਘੁੱਟੀ ਦੀ ਆ ਕਿ ਕਿਤੇ ਉਹ ਠੰਡੀ ਹਵਾ ਨਾ ਸਰੀਰ ਨੂੰ ਆ ਲੱਗੇ, ਅਤੇ ਧੰਨ ਨੇ ਉਹ ਜੀ ਆਪਣਾ ਦਿਲੋਂ ਸਲਾਮ ਉਹਨਾਂ ਨੂੰ, ਅਤੇ ਸ਼ਾਬਾਸ਼ ਜੀ। ਚਲੋ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਇਹ ਮੰਦ ਬੁੱਧੀ ਜਿਹੜਾ ਮੋਦੀ ਆ ਇਹਨੂੰ ਸਮੱਤ ਬਖਸ਼, ਇਹ ਕਿਸਾਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਵਾ ਉਹਨਾਂ ਨੂੰ ਮੰਨੇ, ਅਤੇ ਇਹ ਜਿਹੜੇ ਕਿਸਾਨ ਮਾਰੂ ਬਿੱਲ ਆ ਇਹਨਾਂ ਨੂੰ ਰੱਦ ਕਰੇ, ਤਾਂ ਜੋ ਇਸ ਕੜਾਕੇ ਦੀ ਠੰਡ ਦੇ ਵਿੱਚ ਸੰਘਰਸ਼ ਕਰ ਰਹੇ ਸਾਡੇ ਵੀਰ ਭਰਾ ਭੈਣਾਂ ਅਤੇ ਕਿਸਾਨ ਆਗੂ, ਉਹ ਵੀ ਆਪਣੇ ਮੁੜ ਆ ਕੇ ਆਪਣੇ ਪਰਿਵਾਰ ਦੇ ਵਿੱਚ ਸੁੱਖਮਈ ਜ਼ਿੰਦਗੀ ਜੀਣ, ਇਹੀ ਆਪਣੀ ਅਰਦਾਸ ਹੈ। ਬਿਲਕੁਲ ਬਿਲਕੁਲ, ਸਭ ਨੂੰ ਸਤਿ ਸ਼੍ਰੀ ਅਕਾਲ।